अस्सलाम वालेकुम दोस्तों, मेरे तुम सारे ठीक ठाक तो फिट फाट हो दे तो अपने यू फार्म यूट्यूब चैनल पर खुश आमदीद कहने तो करने जनाब भाई की वीडियो शुरू। अज फार्म ते लगे ने मिस्त्री ते ओ कहते ने सानू कोई देसी मुर्गा खवालो ते देसी मुर्गा एक है फार्म ते ओ बना के उन्होंने खवालने तो पहला फड़ने फड़ना भी काफ़ी मुश्किल देसी मुर्गे नू ते फिर बिलाल कुकिंग करता सही ते ओ बनाए दा देसी मुर्गा ते सारे नू खवालने तुहानू भी खाने किस तरह का बनता है ते की हिसाब किताब होंदा है। बड़ी मुश्किल फड़िया हुण चौधरी इफ्तिखार ने ते हुण इहनूं दबा करा के लियाउने आ फिर बिलाल बनाए दा मुर्गा बड़ा स्पैशल फिर सारे मिल के खाने तुहानूं वी खाने जी दोस्तों बिलाल ने हांडी शुरू कर ली है, कहिंदा मैं बड़ी स्पैशल हांडी बनाना बड़ी स्पैशल डिश बनाए दा ते वेखने आ चेक करने आ किस तरह दी हांडी बनाई बनावे दा बिलाल ते मुर्गा ते बड़ा स्पैशल फड़िया असा देसी वह ट्राई करनी आप भी खाने सारे दोस्तों भी खवालना जेडे इत्थे कम शम करदे पे मिस्त्री भी सारे
ਮੁਰਗਾ ਜ਼ਬਾ ਕਰਾ ਲੈਂਦਾ ਬਲਾਲ ਨੇ। ਬਲਾਲ ਕਿੰਨਾ ਕੁ ਨਿਕਲਿਆ ਜੀ? ਗੋਸ਼ਤ ਮਾਸਲਾ ਸੋਹਣਾ ਦੇਸੀ ਮੁਰਗੇ ਦਾ। ਅਤੇ ਹੁਣ ਆਂਡੀ ਬਣਾ ਨਾ ਸੋਹਣੀ ਜੀ, ਮਸਾਲੇ ਹਾਲੇ ਕਿਹੜੇ ਕਿਹੜੇ ਪਾਉਣੇ ਨੇ ਦੱਸ ਨਾ। ਨਮਕ ਹੈ, ਅੱਛਾ ਚਾਈਨੀ ਨਮਕ ਅਤੇ ਮਸਾਲਾ ਸਪੈਸ਼ਲ ਸੂਈਆਂ ਮਿਰਚਾਂ ਨੇ, ਸੁਰਖ ਮਿਰਚ ਸਹੀ ਹੈ, ਗਰਮ ਮਸਾਲਾ ਬਲੈਕ ਪੇਪਰ ਨੇ, ਕਾਲੀਆਂ ਮਿਰਚਾਂ ਨੇ, ਇਹ ਧਨੀਆ ਹੈ, ਅਤੇ ਅੱਗੋਂ ਟਮਾਟਰ ਨੇ, ਸਬਜ਼ ਮਿਰਚਾਂ ਨੇ, ਪਿਆਜ਼ ਹੈ, ਅਦਰਕ ਹੈ, ਦਹੀਂ ਹੈ। ਬਿਸਮਿਲ੍ਲਾ ਰਹਿਮਾਨ ਰਹਿਮ। ਸਾਰਿਆਂ ਨਾਲ ਪਹਿਲੇ ਅਸੀਂ ਪਿਆਜ਼ ਸੱਟ ਲਗੇ ਹਾਂ, ਆਇਲ ਪਾਏ ਹੈ ਅਤੇ ਉਹਦੇ 'ਚ ਪਿਆਜ਼ ਸੱਟ ਲਗੇ ਹਾਂ। ਅਤੇ ਬਣਾਉਣਾ ਕੀ ਜੀ? ਇਹ ਚਰਸੀ ਕੜਾਹੀ ਬਣਾਉਣੀ ਹੈ ਜੀ, ਸਪੈਸ਼ਲ ਹੈ ਪਸ਼ਾਵਰ ਦੀ, ਅਤੇ ਅਸੀਂ ਆਖਿਆ ਟੇਸਟ ਕਰੀਏ। ਹਾਂ ਜੀ, ਇਹਦੇ 'ਚ ਖਾਸ ਇਹ ਹੁੰਦਾ ਜਿਹੜਾ ਬੰਦਾ ਖਾਂਦਾ ਨਾ ਉਹ ਇਹਦਾ ਦੀਵਾਨਾ ਇੱਕ ਵਾਰੀ ਹੋ ਜਾਂਦਾ। ਜਾ ਇਹਨਾਂ ਨੂੰ ਬਲੈਕ ਕਰਨਾ ਥੋੜ੍ਹਾ ਜਿਹਾ। ਪਿਆਜ਼ ਬਰਾਊਨ ਹੋ ਗਏ ਜਨਾਬ, ਹੁਣ ਇਹ ਟਮਾਟਰ ਸੱਟ ਲਗੇ। ਚਲੋ ਜੀ, ਅਦਰਕ ਸੱਟ ਲਗੇ ਜਨਾਬ। ਇਹ ਪਾ ਲਗੇ ਹਾਂ ਸੁਰਖ ਮਿਰਚ, ਇਹ ਜੀ ਇੱਕ ਟੇਬਲ ਸਪੂਨ ਹੈ ਪਾਈਆਂ ਸੁਰਖ ਮਿਰਚਾਂ, ਉਹਦੇ ਬਾਅਦ ਹੈ ਗਰਮ ਮਸਾਲਾ ਅਤੇ ਹੈ ਜਿਹੜੀਆਂ ਬਲੈਕ ਪੇਪਰ ਹੈ ਕਾਲੀਆਂ ਮਿਰਚਾਂ, ਇਹ ਇੱਕ ਟੇਬਲ ਸਪੂਨ ਨੇ। ਅਗੂ ਹੈ ਮਸਾਲਾ ਸਪੈਸ਼ਲ, ਇਹ ਜੀ 3 ਟੇਬਲ ਸਪੂਨ। ਚਲੋ ਬਸ ਚੰਗਾ ਹੀ ਤੁਹਾਨੂੰ ਦਿੰਦੇ ਆ ਕਿ ਪਿਆਜ਼ ਸੱਟਣ ਨਾਲ ਉਹਦੇ ਤੋਂ ਗੋਸ਼ਤ ਸੱਟਣਾ ਆ। ਹਾਂ, ਉਹਨੇ ਜਿਹੜਾ ਨਾ ਪਿਆਜ਼ਾਂ ਦੇ ਨਾਲ ਹੀ ਥੋੜ੍ਹਾ ਘਿਓ ਨਾਲ ਤਲ ਘਤਣਾ ਆ, ਨਾਲੇ ਥੋੜ੍ਹਾ ਨਰਮ ਹੋ ਜਾਣਾ ਆ। ਇਹ ਦੇਸੀ ਮੁਰਗੀ ਵਲੈਤੀ ਹੁੰਦੀ ਅਤੇ ਉਹ ਮਸਾਲਾ ਪਹਿਲੇ ਬਣਾ ਲਈ ਤਾਂ ਫਿਰ ਸੱਟੀ ਦਾ। ਹਾਂ, ਇਹ ਦੇਸੀ ਸਖਤ ਹੁੰਦਾ ਜ਼ਰਾ, ਇਹਨੂੰ ਗੋਸ਼ਤ ਜਿਹੜਾ ਨਾ ਪਹਿਲੇ ਪਿਆਜ਼ਾਂ ਦੇ ਨਾਲ ਹੀ ਸੱਟ ਕੇ ਇਹਨੂੰ ਲਾਜ ਲਾ ਕੇ ਤਿਆਰ ਕਰ ਲਈ, ਤਾਂ ਬਾਅਦ 'ਚ ਟਮਾਟਰ ਸੱਟੋ ਜੋ ਸੱਟਦੇ ਸੱਟੋ ਫਿਰ ਮਸਾਲੇ, ਹਰੀ ਮਿਰਚ, ਲਾਲ ਮਿਰਚ, ਨਮਕ ਪਾਛੋ ਪਾਓ, ਪਹਿਲੇ ਘਿਓ ਪਿਆਜ਼ ਅਤੇ ਮੁਰਗੀ ਦੇਸੀ ਇਹਨੇ ਵਿੱਚ ਵਜੇ ਜਿਹੜਾ ਨਾ ਫਰਾਈ ਕਰ ਲਓ। ਹਾਂ ਨਹੀਂ ਬਕਾਇਆ ਵੀ ਠੀਕ ਹੈ ਤੁਹਾਡਾ ਵੀ ਮਾਹੌਲ, ਉਸ ਤਰ੍ਹਾਂ ਇਹ ਨਾ ਇਹ ਕੰਮ ਜਲਦੀ ਹੋ ਜਾਂਦਾ, ਤਿਆਰੀ ਵੀ ਠੀਕ ਹੋ ਜਾਂਦੀ ਹੈ ਔਰ ਮਾਹੌਲ ਵੀ ਅੱਲਾ ਦੇ ਹੁਕਮ ਨਾਲ ਬਿਹਤਰੀਨ ਬਣ ਜਾਂਦਾ। ਹੁਣ ਗੋਸ਼ਤ ਸੱਟ ਲੱਗੇ ਹਾਂ ਜੀ, ਅਤੇ ਅੱਗੋਂ ਪਾਣੀ ਛਾਣੀ ਲਾਉਂਦੇ ਹਾਂ, ਉਸਨੂੰ ਮਸਾਲਾ ਤਾਂ ਬਣ ਗਿਆ ਬਾਬਾ। ਬਿਸਮਿਲ੍ਲਾ ਮਜ਼ੇ ਦਾ, ਤੁਸੀਂ ਅੱਜ ਉਂਗਲੀਆਂ ਚੱਟੋ ਜੇ ਮਾਸ਼ਾ ਅੱਲਾ ਇਨਸ਼ਾ ਅੱਲਾ। ਦੋ ਬੋਤਲਾਂ ਲੈ, ਦੋ ਹੈ ਵੀ ਰੋਟੀਆਂ ਲੈ ਤੇ ਬੋਤਲਾਂ ਵੀ ਲਿਆਵਾਂ। ਬਹੁਤ ਜ਼ਿਆਦਾ ਵੱਧ ਗਏ ਨੇ, ਅਸੀਂ ਆਇਆ ਪਾਣੀ ਵਧਾ ਥੋੜ੍ਹਾ ਜਿਹਾ ਬਸ, ਅਸੀਂ ਕੁੱਕ ਸਾਹਿਬ ਬਸ ਜੀ ਬਸ ਜੀ ਬਸ ਜੀ ਭਾਈ ਜੀ ਬਸ। ਇੱਕ ਮੁਰਗੀ ਸੀ ਸਾਡੀ ਬਿੱਟੀ ਹਿੱਸੇ 'ਚ, ਉਹ ਮੁਰਗਾ ਤਿਆਰ ਹੋਇਆ ਤਾਂ ਸਾਨੂੰ ਆਇਆ ਅੱਧਾ ਉਹ ਟਾਈਮ। ਆਹੋ ਰੱਖਿਆ ਸੀ ਤੇ ਇੱਕ ਵਾਰ ਤੋਂ ਆਖਿਆ ਵੀ ਮੈਂ, ਚਲੋ ਆ ਜਾ ਤੋ ਆ ਜਾ ਤੁਸੀਂ ਆ ਜਾ, ਬਸ ਇੱਕ ਲਵਾਣ ਬਹਿ ਜਾ ਬਹਿ ਜਾ ਸਭ ਤੁਸੀਂ ਆ ਜਾ ਤੋ ਗਿਆ ਉਹ ਸਾਰੇ।
जी ने फिर देसी मुर्गा जेड़ा वो पकाया है ते बहुत मज़ेदार बहुत अच्छा ते ये सारे बड़ा मज़ा आया इस गल का। हाँ जी दोस्तों, उम्मीद है तुहानू वीडियो अज्ज दी साडी पसंद आई होनी है। वीडियो पसंद आवे तो चैनल लाइक शेयर सबसक्राइब जरूर करियो ते तुहाडे सारे दोस्तों का वीडियो देखने का बहुत बहुत शुक्रिया।